ਹੈਲੋ ਸਟੂਡੈਂਟਸ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ HiFi Exam Study ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਹਿਸਟਰੀ ਦੀ ਤਿਆਰੀ ਕਰ ਰਹੇ ਹਾਂ ਮੇਰਾ ਅੱਜ ਦਾ ਟਾਪਿਕ ਹੈ ਮੁਗਲ ਸਾਮਰਾਜ ਮੈਂ ਇਸ ਵੀਡੀਓ ਵਿੱਚ ਮੁਗਲ ਸਾਮਰਾਜ ਦੇ ਸ਼ਾਸਕਾਂ ਹਮੈਯੂ ਅਤੇ ਅਕਬਰ ਨਾਲ ਜੁੜੇ ਬਹੁਤ ਹੀ ਇੰਪੋਰਟੈਂਟ MCQ ਲੈ ਕੇ ਆਈ ਹਾਂ ਜੋ ਤੁਹਾਨੂੰ ਤੁਹਾਡੇ ਆਪਣੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਵਿੱਚ ਦੇਖਣ ਨੂੰ ਮਿਲਣਗੇ ਸੋ ਤੁਸੀਂ ਮੇਰੇ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵੀਡੀਓ ਕੁਐਸਚਨ ਨੰਬਰ 1 ਕਾਗਰਾ ਦਾ ਯੁੱਧ ਬਾਬਰ ਨੇ ਕਿਸ ਦੇ ਖਿਲਾਫ ਲੜਿਆ ਸੀ ਆਪਸ਼ਨ 2 ਕਾਗਰਾ ਦਾ ਯੁੱਧ ਬਾਬਰ ਨੇ ਅਫਗਾਨਾਂ ਦੇ ਖਿਲਾਫ ਲੜਿਆ ਸੀ ਅਤੇ ਇਸ ਜੁੱਦ ਵਿੱਚ ਬਾਬਰ ਨੇ ਅਫਗਾਨਾ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਜੋ ਕਿ 1529 ਵਿੱਚ ਲੜਿਆ ਗਿਆ ਸੀ ਕੁਐਸਚਨ ਨੰਬਰ 2 ਬਾਬਰ ਦੀ ਮੌਤ ਕਦੋਂ ਹੋਈ ਸੀ ਆਪਸ਼ਨ 3 ਬਾਬਰ ਦੀ ਮੌਤ 1530 ਵਿੱਚ ਹੋਈ ਸੀ ਕੁਐਸਚਨ ਨੰਬਰ 3 ਬਾਬਰ ਦਾ ਉਤਰਾਧਿਕਾਰੀ ਕੌਣ ਸੀ ਆਪਸ਼ਨ 4 बाबर ਦਾ ਉਤਰਾਧਿਕਾਰੀ ਹਮੈਯੂ ਸੀ ਕੁਐਸਚਨ ਨੰਬਰ 4 ਹਮੈਯੂ ਕਦੋਂ ਮੁਗਲ ਸਾਮਰਾਜ ਦਾ ਬਾਦਸ਼ਾਹ ਬਣਿਆ ਸੀ অপਸ਼ਨ 1 ਹਮੈਯੂ 1530 ਵਿੱਚ ਮੁਗਲ ਸਾਮਰਾਜ ਦਾ ਬਾਦਸ਼ਾਹ ਬਣਿਆ ਸੀ ਕੁਐਸਚਨ ਨੰਬਰ 5 ਹਮੈਯੂ ਕਿਸ ਹਥੋਂ ਹਾਰਿਆ ਸੀ অপਸ਼ਨ 4 ਮਮਯੂ ਸ਼ੇਰ ਸ਼ਾ ਸੂਰੀ ਤੋਂ ਹਾਰ ਗਿਆ ਸੀ ਕੁਐਸਚਨ ਨੰਬਰ 6 ਸ਼ੇਰ ਸ਼ਾ ਸੂਰੀ ਨੇ ਕਦੋਂ ਹਮਯਾਯੂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਸੀ ਆਪਸ਼ਨ 4 ਸ਼ੇਰ ਸ਼ਾ ਸੂਰੀ ਨੇ 1540 ਵਿੱਚ ਹਮਯਾਯੂ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ ਸੀ ਕੁਐਸਚਨ ਨੰਬਰ 7 ਸ਼ੇਰ ਸ਼ਾ ਸੂਰੀ ਦਾ ਉਤਰਾਧਿਕਾਰੀ ਕੌਣ ਸੀ ਆਪਸ਼ਨ 1st ਸ਼ੇਰशाह सूरी ਦਾ ਉੱਤਰਾਧਿਕਾਰੀ ਸਿਕੰਦਰ ਸੂਰੀ ਸੀ। ਕੁਐਸਚਨ ਨੰਬਰ 8 ਸਿਕੰਦਰ ਸੂਰੀ ਨੂੰ ਕਿਸ ਨੇ ਹਰਾ ਦਿੱਤਾ ਸੀ? ਆਪਸ਼ਨ 2 ਸਿਕੰਦਰ ਸੂਰੀ ਨੂੰ ਹਮਯੂੰ ਨੇ ਹਰਾ ਦਿੱਤਾ ਸੀ। ਕੁਐਸਚਨ ਨੰਬਰ 9 ਹਮਯੂੰ ਨੇ ਸਿਕੰਦਰ ਸੂਰੀ ਨੂੰ ਕਦੋਂ ਹਰਾਇਆ ਸੀ? ਆਪਸ਼ਨ 3 ਹਮੀਆਉ ਨੇ ਸਿਕੰਦਰ ਸੂਰੀ ਨੂੰ 1555 ਵਿੱਚ ਹਰਾਇਆ ਸੀ ਕੁਐਸਚਨ ਨੰਬਰ 10 ਹਮੀਆਉ ਨੇ ਸਿਕੰਦਰ ਸੂਰੀ ਨੂੰ ਹਰਾ ਕੇ ਕਿਸ ਤੇ ਅਧਿਕਾਰ ਕਰ ਲਿਆ ਸੀ অপਸ਼ਨ 2 ਹਮੀਆਉ ਨੇ ਸਿਕੰਦਰ ਸੂਰੀ ਨੂੰ ਹਰਾ ਕੇ ਦਿੱਲੀ ਤੇ ਅਧਿਕਾਰ ਕਰ ਲਿਆ ਸੀ ਕੁਐਸਚਨ ਨੰਬਰ 11 ਹਮੀਆਉ ਦੀ ਮੌਤ ਕਦੋਂ ਹੋਈ ਸੀ অপশন 3 হামিয়ুদ্দিন ਮੌਤ 1552 ਵਿੱਚ ਹੋਈ ਸੀ ਕੁਐਸਚਨ ਨੰਬਰ 12 ਹਮਿਆਉਦਾ ਉਤਰਾਧਿਕਾਰੀ ਕੌਣ ਬਣਿਆ ਸੀ অপਸ਼ਨ 3 ਹਮਿਆਉਦਾ ਉਤਰਾਧਿਕਾਰੀ ਅਕਬਰ ਸੀ ਕੁਐਸਚਨ ਨੰਬਰ 13 ਅਕਬਰ ਕਦੋਂ ਮੁਗਲ ਸਾਮਰਾਜ ਦਾ ਸ਼ਾਸਕ ਬਣਿਆ ਸੀ অপਸ਼ਨ 3 ਅਕਬਰ 1556 ਵਿੱਚ ਮੁਗਲ ਸਾਮਰਾਜ ਦਾ ਸ਼ਾਸਕ ਬਣਿਆ ਸੀ ਕੁਐਸਚਨ ਨੰਬਰ 14 ਅਕਬਰ ਦਾ ਰਾਜ ਸਥਿਲਕ ਕਿੱਥੇ ਹੋਇਆ ਸੀ ਆਪਸ਼ਨ 4 ਅਕਬਰ ਦਾ ਰਾਜ ਸਥਿਲ ਕਲਾਨੌਰ ਵਿੱਚ ਹੋਇਆ ਸੀ ਕੁਐਸਚਨ ਨੰਬਰ 15 ਕਲਾਨੌਰ ਕਿੱਥੇ ਹੈ ਆਪਸ਼ਨ 1 ਕਲਾਨੌਰ ਗੁਰਦਾਸਪੁਰ ਵਿੱਚ ਹੈ ਕੁਐਸਚਨ ਨੰਬਰ 16 ਅਕਬਰ ਦਾ ਰਾਜ ਸਥਾਪਨ ਕਿਸ ਨੇ ਕੀਤਾ ਸੀ অপਸ਼ਨ 2 ਅਕਬਰ ਦਾ ਰਾਜ ਸਥਾਪਨ ਬਾਰਮਖਾਨੇ ਕੀਤਾ ਸੀ ਕੁਐਸਚਨ ਨੰਬਰ 17 ਅਕਬਰ ਨੇ ਰਾਜਗਦੀ ਤੇ ਬੈਠਣ ਪਿੱਛੋਂ ਕਿਸਤੇ ਕਬਜ਼ਾ ਕਰ ਲਿਆ ਸੀ অপਸ਼ਨ 3 ਅਕਬਰ ਨੇ ਰਾਜਗਦੀ ਤੇ ਬੈਠਣ ਤੋਂ ਪਿੱਛੋਂ ਦਿੱਲੀ ਅਤੇ ਆਗਰਾ ਦੋਹਾਂ ਹੀ ਸਥਾਨਾਂ ਤੇ ਕਬਜ਼ਾ ਕਰ ਲਿਆ ਸੀ ਕੁਐਸਚਨ ਨੰਬਰ 18 ਅਕਬਰ ਨੇ ਹੇਮੂ ਨਾਲ ਕਦੋਂ ਲੜਾਈ ਲੜੀ ਸੀ ਆਪਸ਼ਨ 4 ਅਕਬਰ ਨੇ ਹੇਮੂ ਨਾਲ 1556 ਵਿੱਚ ਲੜਾਈ ਲੜੀ ਸੀ ਕੁਐਸਚਨ ਨੰਬਰ 19 ਅਕਬਰ ਤੇ ਹੇਮੂ ਵਿਚਕਾਰ ਕਿਹੜੀ ਲੜਾਈ ਹੋਈ ਸੀ ਆਪਸ਼ਨ 2 ਅਕਬਰ ਤੇ ਹੇਮੂ ਦੇ ਵਿਚਕਾਰ ਪਾਨੀਪਤ ਦੀ ਦੂਸਰੀ ਲੜਾਈ ਹੋਈ ਸੀ ਪਹਿਲੀ ਲੜਾਈ ਬਾਬਰ ਅਤੇ ਇਬਰਾਹਿਮ ਲੋਦੀ ਵਿਚਕਾਰ ਹੋਈ ਸੀ 1526 ਵਿੱਚ ਕਵੈਸਚਨ ਨੰਬਰ 20 ਹੈਮੂ ਕਿੱਥੋਂ ਦਾ ਸਨਆਪਤੀ ਸੀ ਆਪਸ਼ਨ 3 ਹੈਮੂ ਅਫਗਾਨਿਸਤਾਨ ਦਾ ਸਨਆਪਤੀ ਸੀ ਕਵੈਸਚਨ ਨੰਬਰ 21 ਪਾਨੀਪਤ ਦੀ ਦੂਜੀ ਲੜਾਈ ਵਿੱਚ ਕੌਣ ਜਿੱਤਿਆ ਸੀ ਆਪਸ਼ਨ 1 ਪਾਨੀਪਤ ਦੀ ਦੂਸਰੀ ਲੜਾਈ ਦੇ ਵਿੱਚ ਅਕਬਰ ਜਿੱਤਿਆ ਸੀ ਕਵੈਸਚਨ ਨੰਬਰ 22 ਪਾਨੀਪਤ ਦੀ ਦੂਸਰੀ ਲੜਾਈ ਵਿੱਚ ਕੌਣ ਹਾਰ ਗਿਆ ਸੀ অপশন 3 پانیپت ਦੀ ਦੂਸਰੀ ਲੜਾਈ ਦੇ ਵਿੱਚ ਹਮੂ ਹਾਰ ਗਿਆ ਸੀ ਕੁਐਸਚਨ ਨੰਬਰ 23 ਅਕਬਰ ਨੇ ਬੇਰਮਖਾਨ ਦਾ ਰਾਜ ਕਦੋਂ ਖਤਮ ਕਰ ਦਿੱਤਾ ਸੀ অপਸ਼ਨ 3 ਅਕਬਰ ਨੇ ਬੇਰਮਖਾਨ ਦਾ ਰਾਜ 1560 ਵਿੱਚ ਖਤਮ ਕਰ ਦਿੱਤਾ ਸੀ ਕੁਐਸਚਨ ਨੰਬਰ 24 ਅਕਬਰ ਨੇ ਕਦੋਂ ਸਾਮਰਾਜ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ অপਸ਼ਨ 4 ਅਕਬਰ ਨੇ 1560 ਵਿੱਚ ਬੇਰਮਖਾਨ ਦੇ ਰਾਜ ਨੂੰ ਖਤਮ ਕਰਕੇ ਸਰਕਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਕੁਐਸਚਨ ਨੰਬਰ 25 ਅਕਬਰ ਦੇ ਰਾਜ ਨਾਲ ਕਿਸ ਦੀ ਨਵਾਬਸ਼ਾਹੀ ਖਤਮ ਹੋ ਗਈ ਸੀ? ਆਪਸ਼ਨ 4 ਜਦੋਂ ਅਕਬਰ ਨੇ 1560 ਵਿੱਚ ਸਰਕਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਆਪ ਰਾਜਗਦੀ ਉੱਤੇ ਬੈਠ ਕੇ ਰਾਜ ਕਰਨ ਲੱਗਿਆ ਤਾਂ ਅਕਬਰ ਨੇ ਬੇਰਮਖਾਂ ਦਾ ਰਾਜ ਹਮੇਸ਼ਾ ਲਈ ਖਤਮ ਕਰ ਦਿੱਤਾ ਜਿਸ ਨਾਲ ਬੇਰਮਖਾਂ ਦੀ ਨਵਾਬਸ਼ਾਹੀ ਖਤਮ ਹੋ ਗਈ। ਹਾਂਜੀ ਇਹ ਸੰਸਾਡੇ ਅੱਜ ਦੇ ਐਮਸੀਕਿਊ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਐਜੂਕੇਸ਼ਨਲ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਹਾਈਫਾਈ ਐਗਜ਼ਾਮ ਸਟੱਡੀ ਚੈਨਲ ਵਿਜ਼ਿਟ ਕਰੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ। ਥੈਂਕ ਯੂ।